आकाशवाणी जम्मू ਹੈ ਬੜਲ ਖਬਰਿੰਚ ਤੋਂ ਦਾ ਸਵਾਗਤ ਪਹਿਲੇ ਖਾਸ-ਖਾਸ ਖਬਰیں ਕਰਨੇ ਮੈਂ ਵਿਜੇ ਪਾਜਾਜ ਸੁਰੱਖਿਆ ਬਲ ਨੇ ਸ਼੍ਰੀਨਗਰ ਚ ਅਲ ਬਦਰ ਅਤੰਗਵਾਦੀ ਗੁੱਟ ਦੇ ਦੋ ਸਜੋਗਾਂ ਕੀ ਗ੍ਰਿਫਤਾਰ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਵਰਲਡ ਫੂਡ ਇੰਡੀਆ 2023 ਦਾ ਉਦਘਾਟਨ ਕਰਨਗਣ ਮੁੱਖ ਸਕੱਤਰ ਡਾਕਟਰ ਅਰुण कुमार ਮਹਿਤਾ ਨੇ ਜੰਮੂ ਕਸ਼ਮੀਰ ਦੇ ਜੰਗਲੀ ਇਲਾਕਿਆਂ ਦੀ ਸਾਂਭ ਸੰਭਾਲ ਦੀ ਹਮਾਇਤ ਕਰਦੀ ਹੋਈ 1 ਕਰੋੜ 75 ਲੱਖ ਰੁੱਖ ਬੂਟੇ ਲਾਣ ਦੀ ਮਨਜ਼ੂਰੀ ਦਿੱਤੀ ਹੈ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰ ਨੇ ਸਟਾਰਟਅਪਸ ਟੈਕਨੋਲੋਜੀ ਤੇ ਨਵੀਆਂ ਕਾਢਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੁਲਕ ਭਰ ਵਿੱਚ ਇੱਕ ਵੱਡਾ ਸਰਵਜਨਿਕ ਅਭਿਆਨ ਰੰਭਣੇ ਦੀ ਰੂਪਰੇਖਾ ਤਿਆਰ ਕਰਨ ਲਈ ਆਖਿਆ ਹੈ ਤੇ ਭਾਰਤ ਨੇ ਸ਼੍ਰੀਲੰਕਾ ਕੀ 302 ਰਨਾਂ ਕਨੇ ਰਾਈ ਹੈ ਵਿਸ਼ਵ ਕੱਪ ਦੇ ਸੈਮੀਫਾਈਨਲ ਚ ਆਪਣੀ ਥਾਰ ਪੱਕੀ ਕਰ ਲੈਤੀ ਹੈ ਖਬਰਾਂ ਦੀ ਤਫਸੀਲ ਕਰਨਾ ਹੈ ਪੂਨਮ ਡੋਗਰਾ ਜੰਮੂ ਕਸ਼ਮੀਰ ਪੁਲਿਸ ਨੇ ਕੱਲ ਸ਼੍ਰੀਨਗਰ ਸ਼ਹਿਰ ਦੇ ਬਾਰੀ ਇਲਾਕੇ ਸ਼ਾ ਅਲ ਬਦਰ ਕਨੇ ਜੁੜੇ ਦੇ ਦੋ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀ ਨੇ ਗਲਾਇਆ ਜੇ ਜੰਦੀ ਰਾਤੀ ਸੁਰੱਖਿਆ ਬਲੇ ਸ਼ੈਲ ਟੈਂਕ ਪੁਲ ਦੇ ਨਾਕੇ ਉੱਪਰ ਜਾਂਚ ਦੌਰਾਨ ਪ੍ਰਤੀਬੰਧਿਤ ਅਤੰਕੀ ਗੁੱਟ ਅਲ ਬਦਰ ਦੇ ਦੋ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਹੈ ਛਾਪੇ ਦੌਰਾਨ ਉਹਦੇ ਕਬਜ਼ੇ ਸ਼ਾਂ ਗੋਲਾ ਬਰੂਦ ਇੱਕ ਪਿਸਤੌਲ ਪਿਸਤੌਲਾਂ ਦੇ ਦੋ ਮੈਗਜ਼ੀਨ ਠਾਈ ਰੋਨ ਤੇ ਇੱਕ ਅਤ ਗੋਲਾ ਬਰਾਮਦ ਕੀਤਾ ਗਿਆ ਇਸ ਮਾਮਲੇ 'ਚ ਮਾਮਲਾ ਦਰਜ ਕਰਾਈਏ ਜਾਂਚ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਬੜਲੇ ਨਵੀਂ ਦਿੱਲੀ 'ਚ ਪਾਰਤ ਮੰਡਪਮ ਚ ਦੁਏ ਵਰਲਡ ਫੂਡ ਇੰਡੀਆ ਵਿਸ਼ਵ ਤ੍ਰੈਦਾ ਉਦਘਾਟਨ ਕਰਨਗਨ ਇਸ ਮੌਕੇ ਉਪਰ ਪ੍ਰਧਾਨ ਮੰਤਰੀ ਔਰ 1 ਲੱਖ ਸ਼ਮਤੇ ਆਪਸਾ ਦਾ ਸਮੂਹੇਂ ਕੀ ਪੂੰਜੀ ਮਦਦ ਵੀ ਵਿਤਰਿਤ ਕਰਨਗਨ ਇਹ ਦੇ ਕਨੇ ਆਪਸਾ ਦਾ ਸਮੂਹੇਂ ਕੀ ਪੈਕੇਜਿੰਗ ਤੇ ਵੀ ਨਿਰਮਾਨ ਦੀ ਗੁਣਵੱਤਾ ਸੁਧਾਰਨੇ ਤੇ ਆਪਣੇ ਸਮਿਆਨ ਦਾ ਬਾਜ਼ਾਰ ਚ ਉਜਿਤਪਾ ਅਸਲ ਕਰਨੇ ਚ ਮਦਦ ਮਿਲੋਗ ਪ੍ਰਧਾਨ ਮੰਤਰੀ ਔਰ ਵਰਲਡ ਫੂਡ ਇੰਡੀਆ ਦੇ ਇੱਕ ਇਸੇ ਦੇ ਤੌਰ ਉਪਰ ਫੂਡ ਸਟਰੀਟ ਦਾ ਵੀ ਉਦਘਾਟਨ ਕਰਨਗੇ ਨਾ ਇਸ ਫੂਡ ਸਟਰੀਟ ਚ ਬਕ ਬਕ ਖੇਤਰੀ ਤੇ ਸ਼ਾਈ ਖਾਨਪਾਨ ਦੀ ਵਿਰਾਸਤ ਦੀ ਚਲਕ ਦਿਖਣੇ ਗੀ ਲੱਭੋਗ ਤੇ ਇਹਦੇ ਚ 200 ਸ਼ਾਮ ਮਤੇ ਸ਼ੈਫ ਇਸਾ ਲੰਗਨ ਤੇ ਪਰੰਪਰਿਕ ਭਾਰਤੀ ਖਾਨਪਾਨ ਪੇਸ਼ ਕਰਨਗੇ ਨਾ ਜੰਮੂ ਕਸ਼ਮੀਰ ਦੇ ਮੁੱਖ ਸਚਿਵ ਡਾਕਟਰ ਅਰੁਣ ਕੁਮਾਰ ਮਹਿਤਾ ਨੇ 1 ਕਰੋੜ 75 ਲੱਖ ਸ਼ਾਮ ਮਤੇ ਰੁੱਖ ਬੂਟ ਲਾਣੇ ਤੇ ਖਤਰੇ ਦੀ ਸ਼ੰਕਾ ਵਾਲੇ ਸਭਨੇ ਜੰਗਲੀ ਇਲਾਕੇ ਦੀ ਅਦਵੰਦੀ ਦਾ ਲਕਸ਼ ਹਾਸਲ ਕਰਨ ਲਈ ਕਾਰਵਾਈਆਂ ਸਰਬੰਧੀ ਬਾਦੂ ਕਾਰਜ ਯੋਜਨਾ ਦੀ ਮਨਜ਼ੂਰੀ ਦੇ ਦਿੱਤੀ ਹੈ ਜੰਮੂ ਕਸ਼ਮੀਰ ਕੈਂਪਾਦੀ ਟ੍ਰੇਮੀ ਸੰਚਾਲਨ ਕਮੇਟੀ ਦੀ ਪ੍ਰਧਾਨਤਾ ਕਰਦੇ ਹੋਏ ਮੁਖ ਸਚਿਵ ਹੋਰੇ ਅਧਿਕਾਰੀਆਂ ਪਰ ਜ਼ੋਰ ਪਾਇਆ ਜੋ ਤਬਾਹ ਹੋਏ ਦੇ ਜੰਗਲੀ ਇਲਾਕਿਆਂ ਚ ਨਵੇਂ ਸਿਰੇਆ ਜਨ ਪਰਨੇ ਦੇ ਕੰਨੋ ਕਨੀ ਪਰਦੇਸ਼ ਚ ਸਮੇ ਦੇ ਕੰਨੇ ਰੁਖ ਬੂਟੇ ਦੀ ਗਿੰਦਰੀ ਚ ਵਾਦਾ ਵੀ ਯਕੀਨੀ ਬਣਾਨਾ ਉਹਨੇ ਆਖਿਆ ਜੇ ਸਾਡੇ ਖਿੱਤੇ ਦਾ ਅਨੋਖਾ ਪਰਿਆਵਰਨ ਗੇ ਐਸੀ ਖਾਸੀਅਤ ਹੈ ਜਿਹੜੀ ਇਸੀ ਓਰ ਨੇ ਰਾਜੇ ਤੇ ਪਰਦੇਸ਼ੇ ਤੋਂ ਮਾ ਬਖਰਾ ਬਣਾਦੀ ਹੈ ਉਹਨੇ ਆਖਿਆ ਜੇ ਪਰਿਆਵਰਨ ਦੀ ਇਸ ਖਾਸੀਅਤ ਕੇ ਬਰਕਰਾਰ ਰੱਖਨੇ ਦੀ ਜ਼ਿੰਮੇਦਾਰੀ ਮੈਕਮੇ ਉਪਰ ਆ ਮੁਖ ਸਚਿਵਰੇ ਅਪਸਰੇng ਦੇ ਨਿਰਦੇਸ਼ ਦਿੱਤਾ ਜਿਉ ਰਾਸ਼ਟਰੀ ਉਦਯਾਨ ਵਨਜੀਵ ਅਭਿਆਰ ਨੇ ਵੈਟਲੈਂਡ ਤੇ ਇਸ ਚਾਲੀ ਦੇ ਉਰ ਨੇ ਅਦिसूਚਿਤ ਇਲਾਕੇ ਦੇ ਨਵੇਂ ਮਾੰਦੰਡ ਸਾਬਿਤ ਕਰਨ ਉਨੇ ਤਕਰੀਬਨ ਇੱਕ ਸਾਲ ਪਹਿਲੇ ਸੰਭਾ ਜ਼ਿਲ੍ਹੇ ਚ ਪੱਲੀ ਪੰਚਾਇਤ ਕੀ ਕਾਰਬਨ ਮੁਕਤ ਗ੍ਰਾਹ ਬਣਾਉਣ ਦੀ ਪਹਿਲ ਕਦਮੀ ਦਾ ਵੀ ਜ਼ਿਕਰ ਕੀਤਾ ਤੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਨਜ਼ਰੀਏ ਮੁਜਬ 2047 ਤੱਕ ਕਾਰਬਨ ਉਤਸਰਜਨ ਪਲੇਆ ਖਤਮ ਕਰੀ ਦੇਣੇ ਦੀ ਦਿਸ਼ਾ 'ਚ ਅੱਗੇ ਵਧਣ ਲਈ ਇੱਕ ਇਹ ਜ਼ਰੂਰੀ ਹੈ ਜੇ ਪੰਚਾਇਤ ਸਤਾ ਪਰ ਕਾਰਬਨ ਉਤਸਰਜਨ ਖਤਮ ਕਰਨ ਲਈ ਯੋਜਨਾ ਬਣਾਈਆਂ ਜਾਣ ਰਾਸ਼ਟਰੀ ਰਾਜਧਾਨੀ ਦਿੱਲੀ ਅਜੇ ਵੀ ਬੜੇ ਮਤੇ ਵਾਯੂ ਪ੍ਰਦੂਸ਼ਣ ਦੀ ਮਾਰਚੇ ਲਾ ਕਰਦੀ ਹੈ ਦਿੱਲੀ ਚ ਤੁੰਦ ਦੀ ਇੱਕ ਮੋਟੀ ਪਰਤ ਚਾਈ ਗਈ ਧੀ ਰਹੀ ਤੇ ਉਥੇ ਆਵਾਦੀ ਗੁਣਵੱਤਾ ਬੜੀ ਮਤੇ ਖਰਾਬ ਆਲੀ ਸ਼੍ਰੇਣੀ ਚ ਬਣੀ ਦੀ ਹੈ ਅੱਜ ਬੜਲੇ 7 ਵਜੇ ਦਿੱਲੀ ਚ ਆਵਾਦੀ ਗੁਣਵੱਤਾ ਸਰਬੰਧੀ ਸੂਚਕਾਂਕ 444 ਦਰਜ ਕੀਤਾ ਗਿਆ ਮਾਹਰੇ ਮੁਜਬ ਪ੍ਰਾਲੀ ਫੂਕਨੇ ਦੀਆਂ ਕਟਨਾਏ ਚ ਬਾਦਾ ਤੇ ਮਾੜੇ ਮੌਸਮੀ ਹਾਲਾਤ ਕਾਰਨ ਆਵਾਦੀ ਗੁਣਵੱਤਾ ਚ ਚਾਂਚਕ ਗਿਰਾਵਟ ਆਈ ਹੈ ਦਿੱਲੀ ਚ ਅੱਜ ਤੇ ਕੱਲ ਸਭੇ ਸਕੂਲ ਬੰਦ ਰੋਗਨ ਇਦਾ ਐਲਾਨ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲੋ ਰ ਕੀਤਾ। ਰਾਸ਼ਟਰੀ ਰਾਜਮਾਰਗ ਪ੍ਰਾਧਾਨ ਨੇ ਦਿੱਲੀ ਚ ਆਵਾਜਿ ਗੁਣਵੱਤਾ ਚ ਗਿਰਾਵਟ ਦੇ ਮੱਦੇਨਜ਼ਰ ਨਿਰਮਾਨ ਥਾਰਿਆਂ ਉਪਰ ਪ੍ਰਦੂਸ਼ਣ ਗਿ ਨਿਯੰਤਰਿਤ ਕਰਨ ਲਈ ਪ੍ਰਦੂਸ਼ਣ ਨਿਯੰਤਰਣ ਪ੍ਰਬੰਧਨ ਕੇਂਦਰ ਸਥਾਪਿਤ ਕੀਤੇ ਨ। ਜਨਰਲਿ ਸ਼ਿੜਕ ਪ੍ਰਾਧਾਨ ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈਸਵੇ, ਦਵਾਰਕਾ ਤੇ ਦਿੱਲੀ ਤੇ ਰਦੁੰਦ ਐਕਸਪ੍ਰੈਸਵੇ ਦੇ ਨੇੜੇ ਇਹ ਪ੍ਰੋਜੈਕਟਾਂ ਨੂੰ ਲਾਗੂ ਕਰਾਤਾ। ਪ੍ਰਾਧਿਕਰਨ ਨੇ ਆਪਣੇ ठेकेदारਾਂ ਤੇ ਮੌਜੂਦਾ ਪ੍ਰਦੂਸ਼ਣ ਰੋਕथाम ਸਰਬੰਧੀ ਉਪਾਏ ਦੀ ਸਮੀਖਿਆ ਕਰਨੇ ਤੇ ਕੇਂਦਰ ਤੇ ਰਾਜ ਪ੍ਰਦੂਸ਼ਣ ਰੋਕथाम ਬੋਰਡ ਬੋਰਡ ਆਸਿਆ ਜਾਰੀ ਨਿਰਦੇਸ਼ ਦੀ ਸਖਤੀ ਨਾਲ ਪਾਲਣਾ ਕਰਨੇ ਦੇ ਨਿਰਦੇਸ਼ ਵੀ ਜਾਰੀ ਕੀਤੇ। ਇਹਨਾਂ ਉਪਾਏ ਚ ਸਾਰੀ ਪ੍ਰਯੋਜਨਾਇਚ ਮੈਕੈਨਿਕਲ ਸਾਫ ਸਰਬੰਧੀ ਮਸ਼ੀਨਾਂ ਦਿੱਤਨਾਂਤੀ ਸਬਨੇ ਨਿਰਮਾਨ ਥਾਰੇ ਉਪਰ ਦਿਨੇ ਪਾਣੀ ਛਿੜਕਣਾ ਤੇ ਐਂਟੀ স্মੋਗ ਗਨ ਸ਼ਾਮਲ ਹੈ। ਇਹ ਖਬਰਾਂ ਤੁਸ ਆਕਾਸ਼ਵਾਨੀ ਜੰਮੂਪਰਾ ਸੁਣਾਉਂਦੇ ਹੋ। ਬਾਕੀ ਦੀ ਖਬਰਾਂ ਕਰਨੇ ਵਿਜੇ ਵਜਾਜ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘੂ ਨੇ ਮੁਲਕ ਪਰਯਦੀ ਸਾਇੰਸੀ ਸੰਗਠਨੇ ਤੇ ਖੋਜ ਈਦਾਰੇ ਦਾ ਆਹਵਾਨ ਕੀਤਾ ਜੀਓ ਸਟਾਰਟਅਪਸ ਤੇ ਨਵੇਂ ਉਦਮੀਆਂ ਲਈ ਵਿਗਿਆਨ ਟੈਕਨੋਲੋਜੀ ਤੇ ਨਮੀਆਂ ਕਾਡੇ ਬਾਰੇ ਜਾਗਰੂਕਤਾ ਪੈਦਾ ਕਰਨੇ ਵਾਸਤੇ ਮੁਲਕ ਪਰਚ ਇੱਕ ਵੱਡਾ ਸਾਰਵਜਨਿਕ ਅਭਿਆਨ ਰੰਬਣ ਲਈ ਰੂਪਰੇਖਾ ਤਿਆਰ ਕਰਨ ਡਾਕਟਰ ਸਿੰਘੂ ਨੇ ਆਖਿਆ ਜੇ ਭਾਰਤ ਦੇ ਅੰਤਰਿਕਸ਼ ਦੀ ਖੋਜ ਸਰਬੰਦੀ ਪ੍ਰੋਜੈਕਟਾਂ ਚ ਲੋਕਾਂ ਦੀ ਬੜੀ ਮਤੀ ਦਿਲਚਸਪੀ ਪੈਦਾ ਹੋਈ ਹੈ ਤੇ ਇਹ ਸਿਲਸਿਲਾ ਬਰੋਬਰ ਜਾਰੀ ਰਹਿਣਾ ਲੋੜ ਚਦਾ ਹੈ ਕੇਂਦਰੀ ਮੰਤਰੀ ਹੋਰ ਨਵੀਂ ਦਿੱਲੀ ਚ ਸਭਨੇ ਵਿਗਿਆਨ ਸਚਿਵ ਦੇ ਦੀ ਬੈਠਕ ਦੀ ਪ੍ਰਧਾਨਤਾ ਕਰਾ ਕਰਤੀ ਹੈ ਲਫਟਨੈਂਟ ਗਵਰਨਰ ਹੁੰਦੇ ਸਲਾਹਕਾਰ ਰਾਜੀਵ ਰਾਏ ਭਟਨਾਗਰ ਹੋਰੇ ਕੱਲ ਲੋਕਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਦਾ ਜਾਇਜ਼ਾ ਲੈਣ ਦੇ ਕਰਨ ਕਰਨੀ ਕੁਪਵਾਲਾ ਜ਼ਿਲ੍ਹੇ ਚ ਵਿਕਾਸ ਸਰਬੰਧੀ ਸਥਿਤੀ ਦੀ ਵੀ ਸਮੀਖਿਆ ਕੀਤੀ ਸਲਾਹਕਾਰ ਹੁੰਦੇ ਇਸ ਜਨਤਾ ਦਰਬਾਰ ਚ ਸਮਾਜ ਦੇ ਤਕਰੀਬਨ ਸਭ ਨੇ ਤਪਕੇ ਦੇ ਲੋਕ ਖਰੀਮਤੀ ਗਿੰਦਰੀ ਚ ਸੈ ਲਈਏ ਉਹਨੇ ਕੀ ਆਪਣੀ ਸਮੱਸਿਆਵਾਂ ਤੇ ਮੰਗਾਂ ਬਾਰੇ ਅਵਗਤ ਕਰਵਾਇਆ ਇਸ ਮੌਕੇ ਬੋਲਦੀ ਹੋਈ ਸਲਾਕਾਰੋ ਨੇ ਆਖਿਆ ਜੇ ਸਾਡਾ ਪ੍ਰਦੇਸ਼ ਆਨਲਾਈਨ ਸੇਵਾਵਾਂ ਦੇ ਮਾਮਲੇ 'ਚ ਪੂਰੇ ਦੇਸ਼ਾਂ 'ਚ ਅਵਲਥਾਰੇ ਪਰ ਹੈ ਤੇ ਇਹ ਪਾਰਦਰਸ਼ੀ ਪ੍ਰਸ਼ਾਸਨਿਕ ਪ੍ਰਣਾਲੀ ਉਪਲਬਧ ਕਰਵਾਉਣੇ ਤੇ ਲੋਕਾਂ ਦੀਆਂ ਸਮੱਸਿਆਵਾਂ ਦੀ ਤੇਜ਼ੀਆ ਕਰਨੇ ਨਬੇੜੇ ਲਈ ਸਰਕਾਰ ਦੀ ਵਚਨਬੱਧਤਾ ਕੀ ਦਰਸਾਉਂਦਾ ਹੈ। ਉਹਨੇ ਪਿਛਲੇ ਕਿਸ਼ ਬਰਿੰਦਰਨ ਟਾਂਚ ਚਚੋਏ ਦੇ ਸੁਧਾਰ ਦਾ ਵੀ ਜ਼ਿਕਰ ਕੀਤਾ ਤੇ ਪ੍ਰਦੇਸ਼ 'ਚ ਰਿਕਾਰਡ ਗਿੰਤਰੀ 'ਚ ਸਲਾਨੀਆਂ ਦੀ ਆਮਦ ਪਰ ਖੁਸ਼ੀ ਜਤਾਈ ਹੈ। ਖੁਰਾਕ ਤੇ ਸਰਵਜਨਿਕ ਵੰਡ ਵਿਕਰੀ ਵਾਲੇ ਮਹਿਕਮੇ ਦੇ ਕੇਂਦਰੀ ਸਚਿਵ ਸੰਜੀਵ ਚੋਪੜਾ ਹੋਰੇ ਕੱਲ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਰਬੰਧੀ ਜਾਗਰਤੀ ਪ੍ਰੋਗਰਾਮ ਦਾ ਉਦਘਾਟਨ ਕੀਤਾ ਇਸ ਮੌਕੇ ਪਰ ਬੋਲਦੇ ਹੋਏ ਉਹਨੇ ਪੂਰੇ ਦੇਸ਼ਾਂ 'ਚ ਕਮਜ਼ੋਰ ਵਰਗਾਂ ਲਈ ਖਾਤੇ ਸੁਰੱਖਿਆ ਯਕੀਨੀ ਬਣਾਉਣ ਦੀ ਯੋਜਨਾ ਦੇ ਮਤਵੇ ਪਰ ਲੋਪ ਆਈ ਉਹਨੇ ਆਖਿਆ ਜੇ ਭਾਰਤ ਸਰਕਾਰ ਲਾਭਾਰਥੀਆਂ ਦੇ ਇਤਿਹਾਸ ਲਈ ਸਭ ਨੇ ਫਲੈਗਸ਼ਿਪ ਪ੍ਰੋਗਰਾਮਿੰਗ ਦੀ ਕਾਮਯਾਬ ਬਣਾਉਣ ਦੇ ਲੋੜ 'ਚ ਦੇ ਯਤਨ ਕਰਾਰਦੀ ਹੈ ਰੰਬਨ ਚ ਅਪ੍ਰੈਲ 2019 ਚ ਬੜੀ ਮਤੀ ਲਾਸਪੱਸੀਆਂ ਪਾਉਣੇ ਕਰੀ 40 ਕਰੇਗੇ ਨੁਕਸਾਨਪੁਰ ਜਾਹ ਤੇ ਗ੍ਰਾਂਧ ਦੀ ਕਈ ਕਨਾਲ ਜਮੀਂ ਡੁੱਬੀ ਗਈ ਰਾਸ਼ਟਰੀ ਜਰਨਲੇ ਛੜਕ 44 ਦੇ ਵੀ ਇੱਕ ਹਿੱਸੇ ਕੀ ਨੁਕਸਾਨਪੁਰ ਜਾਹ ਲੋਕਿੰਗ ਇਹ ਦੇ ਕਰੀ ਬੜੀ ਮਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵਰਦਾ ਖ ਇਤਬਾਰ ਗੱਲ ਕਰਦੀ ਹੋਈ ਆਈਵੇ ਅਥਾਰਟੀ ਦੇ ਪ੍ਰੋਜੈਕਟ ਡਾਇਰੈਕਟਰ ਪਰਸ਼ੋਤਮ ਕੁਮਾਰ ਫੌਨ ਸੌਰਿੰਦਸਿਆ स्लाइड पोर्शन थे हमने उसका डी स्कोप करके नया टेंडर लगाया जिसकी कास्ट 371 सेवन के करीब है जो फाउंडेशन है 32 मीटर तक हमने उसकी डेफ्त रखी है कोई लेंथ इसकी अगर मैं फोर लेन में बताऊं तो 2.2 किलोमीटर के करीब है जहां जहां मैं कर सकता हूं वहां मैं इसकी फर्दर हिल प्रोटेक्शन भी कर रहा हूँ जैसे हम नाशरी में स्टार्ट में करें कुछ जगह पे बोर्डर्स है बोर्डर में हमने स्टिचिंग करके उसके ऊपर नेटिंग डाली हुई है जहाँ पे सॉयल है वहां पे हमने कॉयर मेट्स वगैरह डाले हैं क्योंकि उसमें वेजिटेशन आ जाए उसकी रूट की वजह से फर्दर इसकी रिजर्व ਜੋ ਹੈ ਉਹ ਕਮ ਹੋ ਜਾਏਗਾ ਜਿਵੇਂ ਇਹ 49 ਖਤਮ ਹੋ ਗਿਆ ਆਪकी ਜੋ ਟ੍ਰੈਫਿਕ ਹੈ ਬਿਲਕੁਲ ਸਬੂਤ ਹੋ ਜਾਏਗੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 5ਵੇਂ ਸਥਾਪਨਾ ਦਿਵਸ ਤੇ ਸਰਬੰਦੇਚ ਗ੍ਰਾਮੀਣ ਸਵੱਛਤਾ ਨਿਦੇਸ਼ਾਲੇ ਪਾਸਯਾ ਜੰਮੂ ਜ਼ਿਲ੍ਹੇ ਦੇ ਖਾਉੜ ਇਲਾਕੇ ਚ ਬੰਨੇ ਦੇ ਨੇੜੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਬਾਰੇ ਇੱਕ ਵੱਡੇ ਕਾਰਜਕ੍ਰਮ ਦਾ ਸਰਸਤਾ ਕੀਤਾ ਗਿਆ ਜਿਤੇ ਚ ਗ੍ਰਾਮੀਣ ਜੰਮੂ ਕਸ਼ਮੀਰ ਚ ਸਾਫ ਸਫਾਈ ਸਰਬੰਧੀ ਉਪਲਬਧੀਆਂ ਦੀ ਯਾਤਰਾ ਬਾਰੇ ਲੋਕਾਂ ਕੀ ਜਾਣਕਾਰੀ ਦਿੱਤੀ ਗਈ ਇਸ ਦੌਰਾਨ ਕਈ ਸਾਰੀਆਂ ਗਤੀਵਿਧੀਆਂ ਤੇ ਕਾਰਜਕ੍ਰਮੇ ਦਾ ਆਯੋਜਨ ਹੋਵਾ ਜਿੰਤੇੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੀਆਂ ਸੰਪਤੀਆਂ ਲਈ ਇੱਕ ਫੋਟੋ ਪ੍ਰਦਰਸ਼ਨੀ ਵੀ ਸ਼ਾਮਲ ਹਈ। ਇਤਰਾਹੀਂ ਇਸ ਮਿਸ਼ਨ ਤਹਿਤ ਕੀਤੀ ਗਈ ਪਹਿਲ ਕਦਮੀ ਤੇ ਟਾਂ ਜਗਤ ਵਿਕਾਸ ਦੀ ਇੱਕ ਪੇਸ਼ਕਾਰੀ ਕੀਤੀ ਗਈ। ਗ੍ਰਾਮੀਣ ਸਵੱਛਤਾ ਵਿਭਾਗ ਜੰਮੂ ਕਸ਼ਮੀਰ ਦੇ ਡਾਇਰੈਕਟਰ ਚਰਨਦੀਪ ਸਿੰਘ ਹੋਰੀਸ ਮੌਕੇ ਪਰ ਲੋਕਗੇ ਰਾਸ਼ਟਰੀ ਏਕਤਾ ਦਿਵਸ ਦੀ ਸਗੰਧ ਬਿਚਕਾਈ। ਰੇਲਵੇ ਨੇ ਹੰਤੇ ਤਿਆਰੀਂ ਦਿਖਦੇ ਹੋਏ ਯਾਤਰੀਆਂ ਦੀ ਸਹੂਲਤ ਲਈ 115 ਵਿਸ਼ੇਸ਼ ਰੇਲ ਗੱਟੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਪત્રਕਾਰਾਂ ਨੂੰ ਸੰਬੋਧਿਤ ਕਰਦੀ ਹੋਈ ਦਿੱਲੀ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਜੇ ਮੌਜੂਦਾ ਸਮੇਂ ਚ ਕਾਠ ਵਿਸ਼ੇਸ਼ ਰੇਲ ਗੱਡੀਆਂ ਚਲਾ ਰਹੀਆਂ ਤੇ ਤਾਲਿੰਗ ਦੇ 44 ਤੇ 68 ਤਿਆਰ ਤੇ ਪਹਿਲੇ 55 ਉਰ ਵਿਸ਼ੇਸ਼ ਰੇਲ ਗੱਡੀਆਂ ਦੀ ਸੇਵਾ ਸ਼ੁਰੂ ਕਰੀ ਦਿੱਤੀ ਜਾਗ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਹੋਰੇ 16 ਬਰੇਂਦੀ ਪੈਰਾ ਐਥਲੀਟ ਸ਼ੀਤਲ ਦੇਵੀ ਤੇ ਪੈਰਾ ਐਥਲੀਟ ਰਕੇਸ਼ ਕੁਮਾਰ ਨੂੰ ਦਾ ਜੰਮੂ ਪੁੱਜਣ ਪਰ ਸਵਾਗਤ ਕੀਤਾ। ਇਹ ਦਿਵਿਆਂਗ ਖਿਡਾਰੀ ਚੀਨ ਚੋਂ ਇਹਦੀ ਪੈਰਾ ਏਸ਼ੀਆਈ ਖੇਡਾਂ 'ਚ ਤਗਮੇ ਜਿੱਤਨੇ ਪਰੰਤ ਵਾਪਸ ਆਏ ਨੇ। ਸ਼ੀਤਲ ਦੇਵੀ ਪਹਿਲੀ ਐਸੀ ਮਹਿਲਾ ਖਿਡਾਰੀ ਨੇ ਜਿਹੜੀਆਂ ਬਾਹਾਂ ਨਹੀਂਓਂ ਨੇ ਤੇ باوجود ਤੀਰਅੰਦਾਜ਼ੀ 'ਚ ਵਿਸ਼ਵ ਚੈਂਪੀਅਨ ਬਣੀਆਂ ਨੇ। ਡਿਵੀਜ਼ਨਲ ਕਮਿਸ਼ਨਰ ਹੋਰੇ ਸ਼ੀਤਲ ਦੇਵੀ ਤੇ ਰਕੇਸ਼ ਕੁਮਾਰ ਨੂੰ ਦੀ ਸਖਤ ਮਿਹਨਤ ਤੇ ਪੱਕੇ ਨਿਸ਼ਚੇ ਕੀ ਸਲਾਮ ਕੀਤਾ ਤੇ ਉਹਨਾਂ ਦੀ ਉਪਲਬਧੀਆਂ ਦੀ ਸਰਾਨਾ ਕੀਤੀ ਹੈ। ਮਰਦੰਤੀ ICC ਕ੍ਰਿਕਟ ਵਿਸ਼ਵ ਕੱਪ ਚ ਜੰਦੀ ਰਾਤੀ ਮੁੰਬਈ ਦੇ ਵਨਖੜੇ ਸਟੇਡੀਅਮ ਚ ਭਾਰਤ ਨੇ ਸ਼੍ਰੀਲੰਕਾ ਕੀ 302 ਰਨਾਂ ਦੇ ਨੈਰਾਈਏ ਸੈਮੀਫਾਈਨਲ ਚ ਪ੍ਰਵੇਸ਼ ਕਰੀ ਲਤਾ ਹੈ ਭਾਰਤ ਨੇ ਸ਼੍ਰੀਲੰਕਾ ਕੀ 354 ਰਨਾਂ ਦਾ ਲਕਸ਼ ਦਿੱਤਾ ਹ ਜਿਹਦੇ ਪਰਤੇ ਚ ਸ਼੍ਰੀਲੰਕਾ 19 ਓਵਰਾਂ ਚ ਛੜੇ 55 ਰਨ ਬਣਾਈ ਕੇ ਆਊਟ ਹੋਈ ਗਈ ਇਸ ਮੈਚ ਚ ਮੁਹੰਮਦ ਸ਼ਮੀ ਨੇ 5 ਮੁਹੰਮਦ ਸਿਰਾਜ ਨੇ ਤਰੇ ਤੇ ਜਸਪ੍ਰੀਤ ਬੁਮਰਾ ਤੇ ਰਵਿੰਦਰ ਜਡੇਜਾ ਹੋਰੇ ਇੱਕ ਇੱਕ ਵਿਕਟ ਲੈਤੀ ਮੈਚ ਚ ਸ਼ੁਭਗਨ ਗਿੱਲ ਨੇ 92 ਵਿਰਾਟ ਕੋਹਲੀ ਨੇ 88 ਤੇ ਸ਼੍ਰੇਯਸ ਅਈਅਰ ਨੇ 82 ਰਨਸ ਬਣਾਏ ਅੱਜ ਦੁਪਹਿਰੀ 2 ਵਜੇ ਲਖਨਊ ਸਟੇਡੀਅਮ ਚ ਅਫਗਾਨਿਸਤਾਨ ਤੇ ਨੀਦਰਲੈਂਡਸ ਵਿਚਕਾਰ ਮੈਚ ਖੇਡਿਆ ਜਾਗਾ ਤੇ ਖੀਰ ਚ ਮੁੱਖ ਮੁੱਖ ਖਬਰਾਂ ਇੱਕ ਵਾਰੀ ਪੜਤੀ ਹੈ ਸੁਰੱਖਿਆ ਬਲ ਸ਼ਿਰਨਗਰ ਚ ਅਲਬਦਰ ਆਤੰਕੀ ਸੰਗਠਨ ਦੇ ਦੋ ਸਹਿਯੋਗੀਆਂ ਨੂੰ ਗ੍ਰਿਫਤਾਰ ਕਰ ਲਿਆ ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਵਰਲਡ ਫੂਡ ਇੰਡੀਆ 2023 ਦਾ ਉਦਘਾਟਨ ਕਰਨਗੇ ਮੁੱਖ ਸਚੀਵ ਅਰਣ ਕੁਮਾਰ ਮਾਤਰੇ ਜੋ ਜੰਮੂ ਕਸ਼ਮੀਰ ਦੇ ਜੰਗਲੀ ਇਲਾਕੇ ਦੀ ਸਾਂਭ ਸੰਭਾਲ ਦੀ ਹਿਮਾਇਤ ਕਰਦੇ ਹੋਏ 1 ਕਰੋੜ 75 ਲੱਖ ਰੁਖ ਬੂਟੇ ਲਾਣ ਦੀ ਮਨਜ਼ੂਰੀ ਦਿੱਤੀ ਹੈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਸਟਾਰਟਅੱਪਸ ਟੈਕਨੋਲੋਜੀ ਤੇ ਨਮੀਆਂ ਕਾੜੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੁਲਕ ਭਰ ਅੱਜ ਇੱਕ ਵੱਡਾ ਸਾਰਜਨਿਕ ਅਭਿਆਨ ਰੰਬਨੇ ਦੀ ਰੂਪਰੇਖਾ ਤਿਆਰ ਕਰਨ ਲਈ ਘਲਾਇਆ ਹੈ। ਤੇ ਭਾਰਤ ਨੇ ਸ਼੍ਰੀਲੰਕਾ 기302 ਅੰਜੇ ਕਰਨੇ ਅਰਾਈਏ ਵਿਸ਼ਕਪਦੇ ਸੈਮੀਫਾਈਨਲ ਚ ਆਪਣੀ ਥਾਰ ਪੱਕੀ ਕਰੀ ਲਾਤੀ ਹੈ। ਇਹ ਦੇਖਣੇ ਕਿ ਇਸ ਪਿਲੇ ਦਾ ਬੁਲੇਟਿਨ ਸਮਾਪਤ ਹੋਆ। Thank <laughs> you.